ਹਾਂਜੀ ਦੋਸਤੋ ਵੈਲਕਮ ਸਵਾਗਤ ਹੈ ਤੁਹਾਡਾ ਸਟੱਡੀਸ਼ਿਪ YouTube ਚੈਨਲ ਤੇ ਵੀਡੀਓ ਨੰਬਰ 274 ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਰਾਹੀਂ ਪੀਐਸਪੀਸੀਲ ਦੇ ਇੱਕ ਨਵੀਂ ਅਪਡੇਟ ਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਗ੍ਰੈਜੂਏਟ ਟੈਕਨੀਸ਼ੀਅਨ ਅਪਰੈਂਟਸ਼ਿਪ 2024-25 ਦੀਆਂ ਮੈਰਿਟ ਲਿਸਟਾਂ ਦੇ ਨਾਲ ਸੰਬੰਧ ਤੇ ਨਿਊ ਅਪਡੇਟ ਇਸ ਵੀਡੀਓ ਦੇ ਵਿੱਚ ਤੁਹਾਨੂੰ ਮਿਲੇਗੀ ਮਹੱਤਵਪੂਰਨ ਨੋਟ ਮਿਲੇਗਾ ਮੁੱਢਲੀ ਜਾਣਕਾਰੀ ਔਰ categories ਅਨੁਸਾਰ ਮੈਰਿਟ ਲਿਸਟਾਂ ਬਾਰੇ ਨਵੀਂ ਅਪਡੇਟ ਔਰ ਮੈਰਿਟ ਲਿਸਟਾਂ ਦੇ ਸਬੰਧ ਦੇ ਵਿੱਚ ਇਤਰਾਜ਼ ਜਾਂ ਕੋਈ ਤੁਹਾਡੇ ਸਵਾਲ ਹੋਣ ਉਸ ਬਾਰੇ ਜਾਣਕਾਰੀ ਤੁਹਾਨੂੰ ਇਸ ਵੀਡੀਓ ਚ ਦੇਵਾਂਗੇ ਸਟੇ ਕਨੈਕਟਡ ਸਟੇ ਅਪਡੇਟਡ ਜੁੜੇ ਰਹੋ ਇਸ ਚੈਨਲ ਦੇ ਨਾਲ ਔਰ ਅਪਡੇਟ ਰਹੋ ਸੋ ਤੁਹਾਨੂੰ ਮਤਲਬ ਪੂਰਨ ਨੋਟ ਦੇ ਵਿੱਚ ਦੱਸ ਦਈਏ ਕਿ ਇਸ ਅਪਰੈਂਟਸ਼ਿਪ ਦੀ ਜੁਆਇਨਿੰਗ ਪ੍ਰੋਸੈਸ ਕੰਪਲੀਟ ਹੋਣ ਤੱਕ ਤੁਹਾਨੂੰ ਬਧੇਰੇ ਜਾਣਕਾਰੀ ਹਰ ਛੋਟੀ ਵੱਡੀ ਸਹੀ ਤੇ ਸਟੀਕ ਜਾਣਕਾਰੀ ਇਸ ਚੈਨਲ ਤੇ ਮਹੱਈਆ ਕਰਵਾਉਣ ਦੀ ਕੋਸ਼ਿਸ਼ ਰਹੇਗੀ ਕਿਸੇ ਤਰ੍ਹਾਂ ਦੀ ਪੁੱਛਗਿੱਛ ਦੇ ਲਈ ਸੁਝਾਅ ਦੇ ਲਈ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਸਟੱਡੀਸ਼ਿਪ ਨਾਂ ਦਾ ਵਟਸਐਪ ਗਰੁੱਪ ਕ੍ਰੀਏਟ ਕੀਤਾ ਗਿਆ ਜਿਸ ਦੇ ਵਿੱਚ ਕੇ ਵੀਡੀਓ ਤੋਂ ਐਡਵਾਂਸ ਹੀ ਹਰ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹਿੰਦੀ ਹੈ ਤਾਂ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਕਲਿੱਕ ਕਰਕੇ ਤੁਸੀਂ ਸਟੱਡੀਸ਼ਿਪ ਨਾਂ ਦਾ ਵਟਸਐਪ ਗਰੁੱਪ ਜੁਆਇਨ ਕਰ ਸਕਦੇ ਹੋ ਚੈਨਲ ਦੀ ਮੈਂਬਰਸ਼ਿਪ ਜੁਆਇਨ ਦਾ ਬਟਨ ਕਲਿੱਕ ਕਰਕੇ ਜੁਆਇਨ ਕਰ ਸਕਦੇ ਹੋ ਪਲੇਲਿਸਟ ਕ੍ਰੀਏਟ ਕੀਤੀ ਗਈ ਹੈ ਇਸ ਅਪਰੈਂਟਸ਼ਿਪ ਦੇ ਨਾਲ ਸੰਬੰਧਿਤ ਪੀਐਸਪੀਸੀਐਲ ਗ੍ਰੈਜੂਏਟ ਟੈਕਨੀਸ਼ੀਅਨ ਅਪਰੈਂਟਸ਼ਿਪ 2024-25 ਇਸ ਅਪਰੈਂਟਸ਼ਿਪ ਦੇ ਨਾਲ ਸੰਬੰਧਿਤ ਹਰ ਛੋਟੀ ਵੱਡੀ ਅਪਡੇਟ ਤੁਹਾਨੂੰ ਇੱਥੇ ਇਸ ਪਲੇਲਿਸਟ ਦੇ ਵਿੱਚ ਮਿਲੇਗੀ ਸੋ ਇਹ ਫਾਲੋ ਕਰ ਸਕਦੇ ਹੋ ਪੀਐਸਪੀਸੀਐਲ ਦੀ ਅਫੀਸ਼ੀਅਲ ਵੈਬਸਾਈਟ ਸਮੇਂ-ਸਮੇਂ ਤੇ ਚੈੱਕ ਕਰਨ ਦੀ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਅਪਡੇਟ ਤੁਸੀਂ ਮਿਸ ਨਾ ਕਰੋ ਮੁੱਢਲੀ ਜਾਣਕਾਰੀ ਦੇ ਵਿੱਚ ਤੁਹਾਨੂੰ ਦੱਸਤੀ ਹੈ ਕਿ ਪੀਐਸਪੀਸੀਐਲ ਦੇ ਵੱਲੋਂ ਅਪਰੈਂਟਸ਼ਿਪ ਐਕਟ 1961 ਅਤੇ ਅਪਰੈਂਟਸ਼ਿਪ ਰੂਲਸ 1992 ਦੇ ਟੈਕਨੀਸ਼ੀਅਨ ਅਪ੍ਰੈਂਟਿਸhip ਟ੍ਰੇਨਿੰਗ ਦੀਆਂ 439 ਸੀਟਾਂ ਭਰਨ ਦੇ ਲਈ ਜੂਨ 2024 ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਉਮੀਦਵਾਰਾਂ ਦੀ ਚੋਣ ਦੇ ਲਈ ਬਿਨੇ ਪੱਤਰਾਂ ਦੀ ਮੰਗ ਕੀਤੀ ਗਈ ਸੀ ਔਰ ਹੁਣ ਇਹ ਜਿਹੜਾ ਉਮੀਦਵਾਰਾਂ ਨੇ ਅਪਲਾਈ ਕੀਤਾ ਸੀ 1 ਸਾਲਾ ਗ੍ਰੈਜੂਏਟ ਟੈਕਨੀਸ਼ੀਅਨ ਅਪ੍ਰੈਂਟਿਸhip ਦੇ ਲਈ ਪੀਐਸਪੀਸੀਐਲ ਦੇ ਵੱਲੋਂ ਇਹਨਾਂ ਦੀਆਂ ਆਰਜੀ ਜਿਹੜੀਆਂ ਮੈਰਿਟ ਦੀਆਂ ਸੂਚੀਆਂ ਉਹ ਜਾਰੀ ਕਰ ਦਿੱਤੀਆਂ ਗਈਆਂ ਉਮੀਦਵਾਰ ਅਫੀਸ਼ੀਅਲ ਵੈੱਬਸਾਈਟ ਤੇ ਚੈੱਕ ਕਰ ਸਕਦੇ ਆ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਗਿਆ ਇਸ ਵੀਡੀਓ ਦੇ ਔਰ ਇਹਨਾਂ ਸੂਚੀਆਂ ਤੇ ਜੇ ਉਮੀਦਵਾਰਾਂ ਦਾ ਕੋਈ ਇਤਰਾਜ਼ ਹੋਵੇ ਕੋਈ ਆਬਜੈਕਸ਼ਨ ਹੋਵੇ ਜਾਂ ਕੋਈ ਸੋਧ ਕਰੈਕਸ਼ਨ ਕਰਵਾਉਣੀ ਚਾਹੁੰਦੇ ਹੋਣ ਜਾਂ ਕੋਈ ਸਵਾਲ ਹੋਣ ਤਾਂ ਉਮੀਦਵਾਰਾਂ ਤੋਂ ਮੰਗੇ ਗਏ ਨੇ ਪੀਐਸ ਪੀਸੀਐਲ ਦੇ ਵੱਲੋਂ ਇੱਕ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਜਿਹੜਾ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਿਹਾ ਹੈ ਇਸ ਤਰ੍ਹਾਂ ਦਾ ਪਬਲਿਕ ਨੋਟਿਸ ਹੈ ਜਿਹੜਾ ਜਾਰੀ ਕਰਦੇ ਹੋਏ PSPCL ਦੇ ਵੱਲੋਂ ਦੱਸਿਆ ਗਿਆ ਕਿ ਸਥਾਈ ਮੈਰਿਟ ਸੂਚੀਆਂ ਜਿਹੜੀਆਂ PSPCL ਦੀ ਵੈਬਸਾਈਟ ਉੱਤੇ ਅਪਲੋਡ ਕਰ ਦਿੱਤੀਆਂ ਗਈਆਂ ਨੇ ਔਰ ਉਹਦੀਆਂ ਟਰਮ ਐਂਡ ਕੰਡੀਸ਼ਨਸ ਨੇ ਜਿਹੜੀਆਂ ਉਹ ਜਾਰੀ ਕੀਤੀਆਂ ਗਈਆਂ ਨੇ ਕੁੱਲ 439 ਸੀਟਾਂ ਅਪਰੈਂਟਸ਼ਿਪ ਦੀਆਂ ਨੇ ਜਿਹੜੀਆਂ ਭਰੀਆਂ ਜਾਣੀਆਂ ਨੇ ਸੋ ਇਹਦੇ ਨਾਲ ਸੰਬੰਧਿਤ ਇਤਰਾਜ਼ ਹੋਣ ਤੁਹਾਡੇ ਜਾਂ ਕੋਈ ਸਵਾਲ ਹੋਣ ਜਾਂ ਤੁਸੀਂ ਕੋਈ ਸੁਧਾਰ ਦੀ ਜ਼ਰੂਰਤ ਸਮਝਦੇ ਹੋ ਤਾਂ ਉਹਦੀ ਡੇਟ ਹੈ ਜਿਹੜੀ ਉਹ ਐਕਸਟੈਂਡ ਕੀਤੀ ਗਈ ਹੈ 5 ਅਗਸਤ 2024 ਸ਼ਾਮ 5 ਵਜੇ ਤੱਕ ਤਾਂ ਤੁਸੀਂ 5 ਅਗਸਤ ਸ਼ਾਮ 5 ਵਜੇ ਤੱਕ ਈਮੇਲ ਦੇ ਜ਼ਰੀਏ ਆਪਣੇ ਪ੍ਰਤੀਨਿਧਤਾ ਜਿਹੜੀ ਦਰਜ ਕਰਵਾ ਸਕਦੇ ਹੋ ਉਮੀਦਵਾਰ ਆਪਣੀ ਰਿਕੁਐਸਟ ਹੈ ਜਿਹੜੀ ਭੇਜ ਸਕਦੇ ਆ ਏ ਸੀਮੇਲ ਆਈਡੀ ਤੇ aprrenticeship odmd@gmail.com ਔਰ ਪੀਐਸਪੀਸੀਐਲ ਦੇ ਵੱਲੋਂ ਦੱਸਿਆ ਗਿਆ ਕਿ ਇਹ ਜਿਹੜੇ ਉਮੀਦਵਾਰਾਂ ਨੇ ਮਾਰਕਸ ਭਰੇ ਸੀਗੇ ਆਪਣੇ ਨੰਬਰ ਤੁਸੀਂ ਭਰੇ ਸੀਗੇ ਕੁਆਲਿਫਿਕੇਸ਼ਨ ਦੇ ਉਹਨਾਂ ਅੰਕਾਂ ਦੇ ਆਧਾਰ ਤੇ ਇਹ ਲਿਸਟਾਂ ਨੇ ਜਿਹੜੀਆਂ ਪੂਰੀ ਤਰ੍ਹਾਂ ਨਾਲ ਆਰਜੀ ਨੇ ਇਹ ਫਾਈਨਲ ਨਹੀਂ ਹੈ ਔਰ ਤੁਹਾਨੂੰ ਇਤਰਾਜ਼ ਹੈ ਜਿਹੜੇ ਸਵਾਲ ਹੈ ਤੁਹਾਡੇ ਕੋਈ ਸੁਧਾਰ ਦੀ ਸੁਧਾਰ ਦੀ ਜ਼ਰੂਰਤ ਸਮਝਦੇ ਹੋ ਉਹ ਈਮੇਲ ਰਹੀ ਮੰਗੇ ਗਏ ਨੇ ਔਰ ਇਹਨਾਂ ਸਵਾਲਾਂ ਦੇ ਇਤਰਾਜ਼ ਤੇ ਸੁਧਾਰ ਦੇ ਉੱਤੇ ਵਿਚਾਰ ਕਰਨ ਉਪਰੰਤ ਫਾਈਨਲ ਮੈਰਿਟ ਸੂਚੀ ਜਿਹੜੀ ਪੀਐਸ ਪੀਸੀਐਲ ਦੀ ਵੈਬਸਾਈਟ ਤੇ ਬਾਅਦ ਦੇ ਵਿੱਚ ਅਪਲੋਡ ਕੀਤੀ ਜਾਵੇਗੀ ਔਰ ਫਾਈਨਲ ਮੈਰਿਟ ਸੂਚੀ ਦੇ ਅਨੁਸਾਰ ਉਮੀਦਵਾਰਾਂ ਨੂੰ ਦਸਤਾ ਵੇਜਾਂ ਦੀ ਜਾਂਚ ਤੇ ਲਈ ਬੁਲਾਇਆ ਜਾਵੇਗਾ ਪਹਿਲਾਂ ਇਹ ਸ਼ਡਿਊਲ ਜਾਰੀ ਕੀਤਾ ਗਿਆ ਸੀ 29 ਤੋਂ 31 ਜੁਲਾਈ ਤੱਕ ਪਰੰਤੂ ਉਹ ਪੋਸਟਪੋਨ ਕਰ ਦਿੱਤਾ ਗਿਆ ਸੀ ਸ਼ਡਿਊਲ ਹੁਣ ਰਿਵਾਈਜ਼ਡ ਸ਼ਡਿਊਲ ਹੈ ਜਿਹੜਾ ਇਹਨਾਂ ਜਿਹੜੇ ਇਤਰਾਜ਼ ਮੰਗੇ ਗਏ ਨੇ ਜਾਂ ਕੋਈ ਸਵਾਲ ਨੇ ਉਮੀਦਵਾਰਾਂ ਦੇ ਇਹਨਾਂ ਤੋਂ ਬਾਅਦ ਜਿਹੜਾ ਨਵਾਂ ਸ਼ਡਿਊਲ ਜਾਰੀ ਕੀਤਾ ਜਾਏਗਾ ਪੀਐਸਪੀਸੀਐਲ ਦੇ ਵੱਲੋਂ 5 ਅਗਸਤ ਤੱਕ ਇਹ ਇਤਰਾਜ਼ ਮੰਗੇ ਗਏ ਆ ਉਸ ਤੋਂ ਬਾਅਦ ਹੀ ਸ਼ਡਿਊਲ ਹੈ ਜਿਹੜਾ ਜਾਰੀ ਕੀਤਾ ਜਾਏਗਾ ਸੋ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਓਨੀ ਦੇਰ ਤੱਕ ਪੇਸ਼ੈਂਸ ਰੱਖਣ ਵੇਟ ਕਰਨ ਕਾਲੀ ਨਾ ਕਰਨ ਉਹਨਾਂ ਦਾ ਜਿਹੜਾ ਸ਼ਡਿਊਲ ਬਣੇਗਾ ਨਵਾਂ ਅਪਲੋਡ ਕੀਤਾ ਜਾਏਗਾ ਉਹ ਤੁਹਾਨੂੰ ਇਸ ਚੈਨਲ ਤੇ ਇੱਕ ਵੀਡੀਓ ਦੇ ਰੂਪ ਦੇ ਵਿੱਚ ਸ਼ੇਅਰ ਕੀਤਾ ਜਾਏਗਾ ਔਰ ਫਾਈਨਲ ਮੈਰਿਟ ਸੂਚੀ ਤੋਂ ਬਾਅਦ ਹੀ ਦਸਤਾਵੇਜ਼ਾਂ ਦੀ ਜਿਹੜੀ ਜਾਂਚ ਆ ਉਹ ਹੋਣੀ ਹੈ ਔਰ ਦਸਤਾਵੇਜ਼ਾਂ ਦੀ ਜਾਂਚ ਦੀ ਪ੍ਰਕਿਰਿਆ ਪੂਰੀ ਹੋਣ ਪ੍ਰੰਤ ਫਾਈਨਲ ਚੋਣ ਸੂਚੀ ਹੈ ਜਿਹੜੀ ਸਿਲੈਕਸ਼ਨ ਲਿਸਟ ਹੈ ਉਹ ਵੀ ਬਾਅਦ ਦੇ ਵਿੱਚ ਜਾਰੀ ਕੀਤੀ ਜਾਏਗੀ ਸੋ ਇਹ ਸ਼ਰਤਾਂ ਨੇ ਇਹਨਾਂ ਮੈਰਿਟ ਲਿਸਟ ਜਿਹੜੀਆਂ ਜਾਰੀ ਕੀਤੀਆਂ ਇਹਨਾਂ ਦੇ ਨਾਲ ਸੰਬੰਧਿਤ ਪੀਐਸ ਪੀਸੀਐਲ ਦੇ ਵੱਲੋਂ ਸਾਰੇ ਉਮੀਦਵਾਰ ਨੋਟ ਕਰ ਲੈਣ ਕਿ 5 ਅਗਸਤ 2024 ਤੱਕ ਇਤਰਾਜ਼ ਸਵਾਲ ਜਾਂ ਕੋਈ ਸੋਧ ਉਮੀਦਵਾਰਾਂ ਸਮੇਂਦੇ ਹੋਣ ਉਹ ਆਪਣੀ ਆਪਣੀ ਪ੍ਰਤਿਨੇਤਾ ਜਿਹੜੀ ਈਮੇਲ ਦੇ ذریعے ਦੇ ਸਕਦੇ ਆ ਇਹਦੇ ਨਾਲ ਹੀ ਜਿਹੜੇ ਵੀ ਉਮੀਦਵਾਰਾਂ ਦਾ ਇਨ ਮੈਰਿਟ ਲਿਸਟਾਂ ਦੇ ਵਿੱਚ ਸੂਚੀਆਂ ਦੇ ਵਿੱਚ ਨਾਮ ਦਰਜ ਹੋਇਆ ਨਾਮ ਆਇਆ ਸਾਰੇ ਉਮੀਦਵਾਰਾਂ ਨੂੰ ਸ਼ੁਭ ਕਾਮਨਾਵਾਂ ਨੈਕਸਟ ਪ੍ਰੋਸੈਸ ਦੇ ਲਈ ਗੁੱਡ ਲੱਕ ਫਾਰ ਯੂਅਰ ਬ੍ਰਾਈਟਰ ਫਿਚਰ ਸੋ ਉਮੀਦ ਹੈ ਕਿ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੋਵੇਗੀ ਆਪਣੇ ਨਾਲ ਦੇ ਸਾਥੀਆਂ ਦੇ ਨਾਲ ਸ਼ੇਅਰ ਜਰੂਰ ਕਰੋ ਤਾਂ ਕਿ ਸਾਰੇ ਤੁਹਾਡੇ ਨਾਲ ਦੇ ਉਮੀਦਵਾਰਾਂ ਜਿਹੜੇ ਉਹਨਾਂ ਤੱਕ ਇਹ ਅਪਡੇਟ ਪਹੁੰਚੇ ਔਰ ਵੀਡੀਓ ਨੂੰ ਲਾਈਕ ਦਾ ਬਟਨ ਕਲਿੱਕ ਕਰਕੇ ਲਾਈਕ ਜਰੂਰ ਕਰੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਕਿਸੇ ਨਵੀਂ ਅਪਡੇਟ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਗੁੱਡ ਲੱਕ ਅਗੇਨ